ਹਿੱਲਣ ਨਾ ਦੇਵੇ, ਪੱਤਾ ਹਿੱਲਣ ਨਾ ਦੇਵੇ, ਤੂੰ ਕੀ ਮਾਣ ਮਨਾਵੇ। ਮੈਂ ਕੀਤਾ ਮੈਂ ਕੀਤਾ, ਮਾਹੀ ਕਰੇ ਤੇ ਸਭ ਹੋ ਜਾਵੇ। ਉਹ ਪੱਤਾ ਹਿੱਲਣ ਨਾ ਦੇਵੇ, ਤੂੰ ਕੀ ਮਾਣ ਮਨਾਵੇ। ਕਰ ਲੈ ਨਾਮ ਕਮਾਈਆ, ਸਭ ਇੱਥੇ ਹੀ ਰਹਿ ਜਾਣਾ, ਨਹੀਂ ਆਉਣਾ ਨਹੀਂ ਆਉਣਾ, ਇਹ ਵੇਲਾ ਮੁੜ ਨਹੀਂ ਆਉਣਾ। ਉਹ ਪੱਤਾ ਹਿੱਲਣ ਨਾ ਦੇਵੇ, ਪੱਤਾ ਹਿੱਲਣ ਨਾ ਦੇਵੇ, ਤੂੰ ਕੀ ਮਾਣ। ਮੇਰੇ ਵੀ ਤੈਨੂੰ ਨੀ ਪਤਾ, ਅੱਜ ਨਾਲ ਜਾਣ ਦੀ ਕੁੜੀ ਦਾ ਮਾਈਆਂ ਏ, ਉੱਥੇ ਗਏ ਨੇ ਸਾਰੇ ਗੁਲਗੁਲੇ ਖਾਣ। ਰੰਗੀ ਨੀ ਭੈਣੇ ਧਿਆਨ ਨਾਲ ਬੋਲੀ। ਤੈਨੂੰ ਪਤਾ ਕਾਸ਼ੀ ਨੇ ਨਿੱਕੇ ਦੇ ਇੱਟ ਇੱਟ ਮਾਰਨ ਲਈ ਇੱਟ ਚੁੱਕੀ ਤੇ ਉਹ ਤੇਰੇ ਰਾਣੋ ਦੇ ਬੂਟਾ ਰਾਮ ਤੇ ਵੱਜ ਗਈ। ਉਹ ਤਾਂ ਭਲਾ ਹੋਵੇ ਇਸ ਹਰੇ ਜੇ ਬੂਟੇ ਦਾ, ਜਿਹਨੇ ਆਪਣੀ ਜਾਨ ਕੁਰਬਾਨ ਦੇ ਕੇ ਨਿੱਕੇ ਦਾ ਸਿਰ ਫਟਣ ਤੋਂ ਬਚਾ ਲਿਆ। ਤੂੰ ਸਾਨੂੰ ਕਿਉਂ ਛੱਡ ਕੇ ਚਲਾ ਗਿਆ? ਹੋਏ ਨੇ ਆਲੂ ਮਟਰ ਬਣਾਏ ਹੋਏ ਨੇ, ਕੁੜੀਓ ਪਸੰਦ ਕਰ ਲੋ, ਮੁੰਡੇ ਚੰਡੀਗੜ੍ਹੋਂ ਆਏ ਹੋਏ ਨੇ, ਕੁੜੀਓ ਪਸੰਦ ਕਰ ਲੋ, ਮੁੰਡੇ ਚੰਡੀਗੜ੍ਹੋਂ ਆਏ ਹੋਏ ਨੇ। ਤੂੰ ਮਟਰ ਬਣਾਏ ਹੋਏ ਨੇ, ਕੁੜੀਓ ਪਸੰਦ ਕਰ ਲੋ। ਹੁਣ
ਇੱਧਰ ਆ। ਕੀ ਗੱਲ ਆ, ਸਾਰੇ ਜਵਾਕ ਉੱਪਰ ਨੂੰ ਹੀ ਜਾ ਰਹੇ ਨੇ। ਬੇ ਬੁੱਟਰਾ, ਹਾਂ ਬੈਠੇ ਨੇ ਬੂਟਾ ਰਾਮ ਜੀ ਨੀਚੇ। ਨਹੀਂ ਬੇਬੇ, ਬੂਟਾ ਰਾਮ ਦੀ ਮੌਤ ਹੋ ਗਈ। ਹਾਏ ਹਾਏ ਭੈਣ ਜੀ, ਤੁਹਾਡਾ ਮੁੰਡਾ ਕੀ ਬੋਲੀ ਜਾਂਦਾ ਹੈ? ਮੇਰਾ ਪ੍ਰਾਹੁਣਾ ਦੇ ਨੀਚੇ ਬੈਠਾ ਲੱਡੂ ਟੱਪਦਾ ਪਿਆ ਹੈ। ਓਏ ਮੂਰਖਾ, ਕੀ ਬੋਲੀ ਜਾਂਦਾ ਹੈ ਜੀ? ਬੇਬੇ ਹੁਣੇ ਹੁਣੇ ਬੂਟਾ ਰਾਮ ਦੀ ਮੌਤ ਹੋ ਗਈ। ਭੈਣ ਜੀ, ਤੁਹਾਡਾ ਮੁੰਡਾ ਕੀ ਬੋਲੀ ਜਾ ਰਿਹਾ ਹੈ? ਇਹਨੇ ਤਾਂ ਸਾਨੂੰ ਜਿੰਦੇ ਜੀ ਮਾਰਤਾ। ਮੈਨੂੰ ਕੀ ਪਤਾ ਸੀ ਉਹ ਮੋਟੇ ਲੱਡੂਆਂ ਵਾਲੇ ਚਾਚੇ ਦਾ ਨਾਮ ਵੀ ਬੂਟਾ ਰਾਮ ਸੀ। ਹਾਏ ਹਾਏ, ਅਸਾਂ ਨਹੀਂ ਇੱਥੇ ਰੁਕਣਾ, ਅਸਾਂ ਦਾ ਮਜ਼ਾਕ ਉਡਾਇਆ ਜਾ ਰਿਹਾ। ਚਲੋ ਜੀ ਚਲੋ, ਅਸਾਂ ਇੱਥੇ ਨਹੀਂ ਰੁਕਣਾ। ਚਲੋ ਜੀ ਚਲੋ, ਚਲੋ ਜੀ ਚਲੋ, ਚਲੋ ਬਹੁਤ ਹੋ ਗਿਆ, ਸ਼ਾਂਤ ਕਰ ਦਿਓ ਨੀ। ਚਲੋ ਜੀ ਚਲੋ, ਅਸਾਂ ਇੱਥੇ ਨਹੀਂ ਰੁਕਣਾ, ਅਸਾਂ ਦਾ ਮਜ਼ਾਕ ਉਡਾਇਆ ਜਾ ਰਿਹਾ। ਚਲੋ ਜੀ ਚਲੋ, ਚਲੋ ਜੀ ਚਲੋ, ਚਲੋ ਬਹੁਤ ਹੋ ਗਿਆ, ਸ਼ਾਂਤ ਕਰ ਦਿਓ ਨੀ। ਗੱਲ ਤਾਂ ਸੁਣੋ, ਹੱਸਣਾ ਭੁੱਲਿਆ, ਛਿੱਤਰ ਹੋਰ ਪੈਣੇ ਆ। ਤੈਨੂੰ ਕੀ ਹੋਇਆ, ਮੱਥੇ ਤੇ ਵੱਟ ਕਿਉਂ ਪਾਇਆ ਈ? ਮੈਂ ਤਾਂ ਬੜੀ ਦੁਖੀ ਹੋ ਗਈ ਇਹਨਾਂ ਇਲਤੀ ਨਿਆਣੇ ਤੋਂ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਇਹਨਾਂ ਦਾ? ਕਿਉਂ, ਹੁਣ ਕੀ ਕਰਤਾ ਮੇਰੇ ਸ਼ੇਰਾਂ ਨੇ? ਤੁਹਾਡੇ ਸ਼ੇਰਾਂ ਨੇ ਅੱਜ ਨੰਬਰਦਾਰੇ ਦੀ ਕੁੜੀ ਦੇ ਮਾਈਏ ਸਾਰੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਤੀ। ਉੱਚੀ ਉੱਚੀ ਰੋਣ ਲੱਗ ਗਏ, ਆਖੇ ਬੂਟਾ ਰਾਮ ਮਰ ਗਿਆ, ਬੂਟਾ ਰਾਮ ਮਰ ਗਿਆ, ਬੂਟਾ ਰਾਮ ਮਰ ਗਿਆ। ਤੁਹਾਡੇ ਨਾ ਹਾਸਿਆਂ ਨੇ ਨਿਆਣੇ ਵਿਗਾੜੇ ਹੋਏ ਨੇ। ਬੂਟਾ ਰਾਮ ਮਰ ਗਿਆ, ਮੇਰਾ ਕਟਾਪਾ ਚਾੜਨਗੇ। ਚੱਲ ਜਲਦੀ ਹੇਠਾਂ ਚੱਲੀਏ, ਚੱਲ ਚੱਲ। ਸਾਰੇ ਘਰ ਉੱਠ ਕੇ ਕਿੱਥੇ ਗਏ ਉਹਨੇ? ਤੈਨੂੰ ਨੀ ਪਤਾ, ਦਾਦਾ ਜੀ ਕੋਲ ਹੈ। ਸੱਚੀ ਪਤਾ ਦਾਦੀ ਕੋਲ? ਤੈਨੂੰ ਪਤਾ ਛੋਟੇ ਹੁੰਦੇ ਮੈਨੂੰ ਦਾਦੀ ਜੀ ਦੱਸਦੇ ਸੀ ਕਿ ਨਾ ਦਾਦਾ ਜੀ ਬਦਲਾ ਵਿੱਚ ਟਿਪ ਟਿਪ ਤਾਰੇ ਲਗਾਉਣ ਦਾ ਕੰਮ ਕਰਦੇ ਹੈ। ਸੱਚੀ ਮੁੱਚੀ? ਚੱਲ ਝਾਟੋ ਮਾਟੋ, ਜੇ ਬੇਬੇ ਨੇ ਸਾਨੂੰ ਗੱਲਾਂ ਕਰਦੇ ਵੇਖ ਲੈ, ਤੈਨੂੰ ਤਾਂ ਕੁਛ ਕਹਿਣਾ ਨੀ, ਮੇਰਾ ਕਟਾਪਾ ਚਾੜ ਦੇਣਾ। ਮੈਨੂੰ ਬਚਪਨ ਵਿੱਚ ਬੰਟੇ ਖੇਡਣ ਦਾ ਬਹੁਤ ਸ਼ੌਕ ਸੀ ਤੇ ਮੈਂ ਰੋਂਡੀ ਵੀ ਬਹੁਤ ਫਿਰਦਾ ਸੀ। ਇੱਕ ਵਾਰ ਤਾਂ ਮੈਂ ਘਰੋਂ ਦੀ ਪੜ੍ਹਨ ਨਹੀਂ ਨਿਕਲਿਆ ਤੇ ਗਲੀ 'ਚ ਆਲੀਆਂ ਦਾ ਬੰਟੇ ਖੇਡਣ ਲੱਗ ਗਿਆ। ਬਾਪੂ ਨੇ ਮੈਨੂੰ ਫੜ ਲਿਆ। ਫਿਰ ਕੀ ਹੋਇਆ ਤੁਸੀਂ ਆਪੇ ਦੇਖ ਲਓ। ਹਾਂਜੀ ਬਾਪੂ ਜੀ, ਪੜ੍ਹਨ ਨਹੀਂ ਚੱਲਾ ਸੀ ਪਰ ਉੱਥੇ ਮਾਸਟਰ ਦਾ ਕੱਟਾ ਬਿਮਾਰ ਹੋ ਗਿਆ, ਇਸ ਲਈ ਮੈਂ। ਅੱਛਾ, ਕੱਟਾ ਬਿਮਾਰ ਹੋ ਗਿਆ, ਇੱਧਰ ਘੁੰਮੀ ਜਰਾ। ਅੱਜ ਤੂੰ ਸਾਰਾ ਦਿਨ ਇੱਥੇ ਰਹੇਂਗਾ, ਬਹੁਤ ਨਲਾਇਕ ਹੋ ਗਿਆ ਤੂੰ। ਸਾਰਾ ਦਿਨ ਉੱਥੇ ਤੋਂ ਇੱਥੇ, ਇੱਥੇ ਤੋਂ ਉੱਥੇ ਬਸ ਟਪੂਸੀਆਂ ਮਾਰਦਾ ਰਹਿੰਦਾ, ਘਰੋਂ ਬੱਸਾਂ ਚੱਕ ਕੇ ਪੜ੍ਹਨ ਨਿਕਲਦਾ ਤੇ ਗਲੀਆਂ 'ਚ ਬੰਟੇ ਖੇਲਦਾ ਫਿਰਦਾ। ਤਾਂ ਹੁਣ ਥੱਲੇ ਕੀ ਦੇਖੀ ਜਾਂਦਾ, ਜਵਾਬ ਦੇ ਆਪਣੇ ਬਾਪੂ ਨੂੰ। ਜੇ ਹੁਣ ਤੂੰ ਇਲਤਾਂ ਕੀਤੀਆਂ ਨਾ ਤਾਂ ਨਾਲ ਦੇ ਖੇਤ 'ਚ ਇੱਕ ਰਾਸ਼ਾ ਰਹਿੰਦਾ, ਮੈਂ ਤੈਨੂੰ ਉਹਦੇ ਕੋਲ ਦੇਵਣਾ। ਤੂੰ ਵੀ ਸੁਣ ਲੈ ਰਾਣੋ, ਜੇ ਅੱਜ ਤੋਂ ਬਾਅਦ ਕੋਈ ਖੱਪ ਕੀਤੀ ਤੇ ਉਹ ਰਾਸ਼ਾ ਤੈਨੂੰ ਵੀ ਫੜ ਕੇ ਲੈ ਜਾਏਗਾ ਤੇ ਅਸੀਂ ਤੁਹਾਨੂੰ ਛੁਡਾਉਣਾ ਵੀ ਨਹੀਂ। ਚੱਲ ਰਾਣੋ ਅੰਦਰ। ਵੀਰੇ ਰੋਟੀ ਖਾ ਲੈ, ਤੂੰ ਸਵੇਰ ਦੇ ਇੱਥੇ ਬਣਿਆ। ਬੇਬੇ ਮੈਨੂੰ ਇੱਕ ਵਾਰ ਵੀ ਖੋਲਣ ਨਹੀਂ ਆਈ, ਮੈਨੂੰ ਸਵੇਰ ਦੀ ਅੱਡੀ ਭੁੱਖ ਲੱਗੀ ਆ। ਵੀਰੇ ਤੈਨੂੰ ਖੋਲ ਦੇਣੇ ਪਏ।
ਹਾਲ ਹੈ? ਦੇਖ ਮੈਂ ਤੇਰੇ ਆਟੇ ਦੀ ਚਿੜੀ ਬਣਾਈ ਆ। ਰਾਣੋ ਇਹ ਤਾਂ ਬਹੁਤ ਹੀ ਸਵਾਦ ਹੈ, ਤੂੰ ਇਸ ਦੁਨੀਆ ਸਭ ਤੋਂ ਪਿਆਰੀ ਚਾਟੂ ਮਾਟੂ ਹੈ। ਕਿਉਂ ਸਾਰਾ ਦਿਨ ਇੰਨੀ ਖੱਪ ਕਰਦਾ? ਤੈਨੂੰ ਕੀ ਲੱਗਦਾ, ਤੈਨੂੰ ਸਜ਼ਾ ਦੇ ਕੇ ਅਸੀਂ ਖੁਸ਼ ਹੁੰਦੇ ਆ? ਚੱਲ ਬਸ ਕਰ, ਨਹੀਂ ਕਰਦਾ ਹੁਣ, ਨਹੀਂ ਕਰੇਗਾ ਨਾ। ਭੋਲੇ ਦੀ ਮਾਏ, ਉਹ ਕਿੱਥੇ ਆ ਬਈ? ਜਲਦੀ ਬਾਹਰ ਆ ਕੇ ਮੇਰੀ ਰੋਟੀ ਬੰਨ ਦੇ, ਮੈਂ ਖੇਤਾਂ ਨੂੰ ਚੱਲਿਆ। ਨਾਲੇ ਅੱਜ ਆਉਂਦੇ ਹੋਏ ਥੋੜ੍ਹੀ ਦੇਰ ਹੋ ਜੂ। ਉਹ ਮੇਰਾ ਦੋਸਤ ਬੜੇ ਦਿਨਾਂ ਬਾਅਦ ਸ਼ਹਿਰੋਂ ਆ ਰਿਹਾ, ਉਹਨੂੰ ਮਿਲਦਾ ਹੋਇਆ ਆਊਂਗਾ। ਭਗਵਾਨ ਭਗਵਾਨੇ, ਤੈਨੂੰ ਤਾਂ ਬੜਾ ਤਾਪ ਚੜਿਆ, ਤੂੰ ਅੰਦਰ ਜਾ ਕੇ ਘੜੀ ਆਰਾਮ ਕਰ ਲੈ। ਖੜ ਜਾ ਚੱਟ ਮਾਟੋ, ਅੱਜ ਮੈਂ ਤੈਨੂੰ ਬਹੁਤ ਕੁੱਟਣਾ। ਮੈਂ ਹੱਥ ਲਾਗੂੰਗਾ, ਮੈਂ ਉੱਥੇ ਛੱਡ ਦੂੰਗਾ। ਠਹਿਰ ਜੇ, ਤੈਨੂੰ ਦੱਸਾਂ ਮੈਂ। ਹੋਲਾ ਰਾਣੋ, ਅੱਗੇ ਆਓ। ਦੇਖੋ ਤੁਹਾਡੀ ਬੇਬੇ ਦੀ ਸਿਹਤ ਠੀਕ ਨਹੀਂ ਹੈਗੀ, ਤੁਸੀਂ ਉਹਨੂੰ ਆਰਾਮ ਕਰਨ ਦਿਓ। ਕੀ ਹੋਇਆ ਬੇਬੇ ਨੂੰ? ਮੈਂ ਖੇਤਾਂ ਨੂੰ ਜਾ ਰਿਹਾ, ਤੁਸੀਂ ਪਿੱਛੋਂ ਬੇਬੇ ਨੂੰ ਤੰਗ ਨਾ ਕਰਿਓ, ਨਹੀਂ ਤਾਂ ਯਾਦ ਰੱਖਿਓ ਕੁਹਾੜੀ ਵਾਲਾ ਲੱਕੜਹਾਰਾ ਤੁਹਾਨੂੰ ਆਪਣੇ ਨਾਲ ਹੀ ਲੈ ਜਾਏਗਾ। ਮੇਰੀ ਗੁੱਡੀਏ ਨੀ ਸੋਹਣੀਏ ਪਿਆਰੀਏ, ਮੇਰੀ ਗੁੱਡੀਏ ਨੀ ਸੋਹਣੀਏ ਪਿਆਰੀਏ, ਮੈਨੂੰ ਵੇਖ ਕੇ ਹੱਸੀ ਕਿਉਂ ਜਾ ਰਹੀਏ, ਮੈਨੂੰ ਵੇਖ ਕੇ ਹੱਸੀ ਕਿਉਂ ਜਾ ਰਹੀਏ, ਰੁਕ ਜਾ ਕੇ ਆਪਣੇ ਵੀਰੇ ਨੂੰ ਬੁਲਾ ਲਿਆ। ਨਾਲ ਦਿਆਂ ਦਾ ਮੁੰਡਾ ਆਪਣੇ ਭੂਆ ਨੂੰ ਮਿਲਣ ਸਹੁਰੇ ਘਰ ਗਿਆ ਹੋਇਆ। ਬਾਪੂ ਨੂੰ ਰੋਟੀ ਤੂੰ ਤੇ ਤੇਰਾ ਵੀਰਾ ਦੇਖ ਕੇ ਆਊਗਾ। ਬੇਬੀ ਸੱਚੀ, ਮੈਂ ਤੇ ਵੀਰਾ ਖੇਤਾਂ ਜਾਵਾਂਗੀ, ਮੈਂ ਹਲੇ ਵੀਰ ਨੂੰ ਬੁਲਾ ਕੇ ਲੈ ਕੇ ਆਉਂਦੀ ਹਾਂ। ਵੀਰੇ, ਕੀ ਹੋਇਆ ਚਾਟੋ ਮਾਟੋ? ਇੱਧਰ ਦੇਖ, ਮੈਂ ਇੱਧਰ ਖੜਾ। ਵੀਰੇ ਛੇਤੀ ਨੀ ਆਪਣੇ ਖੇਤਾਂ ਨੂੰ ਜਾਣਾ ਬਾਪੂ ਨੂੰ ਰੋਟੀ ਦੇਣ। ਕੀ ਗੱਲ ਕਰਦੀ ਬੇਬੇ, ਜੇ ਤਾਂ ਸਾਨੂੰ ਕਦੇ ਖਲਿਆਨ ਖੇ ਜਾਣ ਨਹੀਂ ਦਿੰਦੀ, ਫਿਰ ਅੱਜ ਕੀ ਹੋਇਆ? ਮੇਰੀ ਬੇਬੇ ਨੇ ਕਿਹਾ ਹੈ। ਉਹ ਆ ਗਿਆ, ਆ ਗਿਆ ਬਸ, ਆ ਗਿਆ, ਆ ਗਿਆ, ਆ ਗਿਆ ਬਸ, ਪਹੁੰਚ ਗਿਆ, ਪਹੁੰਚ ਗਿਆ, ਪਹੁੰਚ ਗਿਆ, ਆ ਗਿਆ, ਆ ਗਿਆ, ਆ ਗਿਆ ਬਸ, ਆ ਗਿਆ, ਆ ਗਿਆ। ਬੇਬੇ ਮੇਰਾ ਗੁਲਾਬੀ ਕੁੜਤਾ ਕੱਢ ਦੇ। ਬੇਬੇ ਮੇਰੇ ਗੁੱਟੇ ਦੀ ਚੁੰਨੀ ਵੀ ਕੱਢ ਦੇ। ਓਹੋ, ਇਹ ਕੀ ਕੁੜਤਾ ਕੱਢਦੇ ਚੁੰਨੀ ਦੇ ਦੀ ਲਗਾ ਲਈ ਤੁਸੀਂ? ਬਾਪੂ ਨੂੰ ਰੋਟੀ ਦੇਣ ਜਾਣਾ, ਮਾਮੇ ਦੇ ਬਾਅਦ ਲੁੱਡੀਆਂ ਪਾਉਣ ਨਹੀਂ ਜਾਣਾ। ਚੁੱਪ ਕਰਕੇ ਰੋਟੀ ਚੱਕੋ ਤੇ ਖੇਤਾਂ 'ਚ ਦੇ ਕੇ ਘਰੇ ਆ ਜਾਓ ਸਿੱਧੇ। ਲੈ ਬੇਬੇ, ਮੈਂ ਤੇ ਚਾਟੂ ਮਾਟੂ ਪਹਿਲੀ ਵਾਰੀ ਖੇਤਾਂ ਜਾ ਰਹੇ, ਸਾਨੂੰ ਸੋਹਣਾ ਬਣਾ ਕੇ ਭੇਜਣਾ ਤਾਂ ਕਿ ਰਾਹ ਜਾਂਦੇ ਲੋਕ ਸਾਨੂੰ ਕਹਿ। ਓ ਵੇਖੋ, ਪ੍ਰੇਮੀ ਦੇ ਨਾਲੇ ਬਾਪੂ ਨੂੰ ਰੋਟੀ ਦੇਣ ਜਾ ਰਹੇ ਨੇ। ਵੀਰੇ, ਅਸੀਂ ਘਰ ਆਉਂਦੇ ਹੋਏ ਨਾ ਬਾਪੂ ਦੋ ਪੈਸੇ ਲਵਾਂਗੇ, ਤੇਲ ਇੱਕ ਮੇਲ। ਹਾਂ, ਫਿਰ ਨਾ ਆਪਾਂ ਤੇਲੂ ਰਾਮ ਦੀ ਹੱਟੀ ਤੋਂ ਖੱਟੀਆਂ ਮਿੱਠੀਆਂ ਗੋਲੀਆਂ ਲਵਾਂਗੇ। ਚੱਲਿਆ ਵੇਖੋ ਤਿਆਰ ਹੋ ਕੇ ਬਚਪਨ ਕੇ ਚੱਲਿਆ।
ਖੇਤਾਂ ਨੂੰ ਜਾ ਰਿਹਾ, ਤੁਸੀਂ ਪਿੱਛੋਂ ਬੇਬੇ ਨੂੰ ਤੰਗ ਨਾ ਕਰਿਓ, ਨਹੀਂ ਤਾਂ ਯਾਦ ਰੱਖਿਓ ਕੌੜੀ ਵਾਲਾ ਲੱਕੜਹਾਰਾ ਤੁਹਾਨੂੰ ਆਪਣੇ ਨਾਲ ਹੀ ਲੈ ਜਾਏਗਾ। ਰਾਣੋ ਤੈਨੂੰ ਯਾਦ ਹੈ ਪਿਛਲੀ ਵਾਰ ਜਦ ਬਾਪੂ ਦੇ ਖੇਤਾਂ ਵੱਲ ਮੇਲਾ ਲੱਗਾ ਸੀ ਤੇ ਮਾਮਾ ਜੀ ਸਾਨੂੰ ਕੋਈ ਦੂਜੇ ਰਾਹ ਮੇਲਾ ਲੈ ਕੇ ਗਏ ਸੀ। ਮੈਨੂੰ ਯਾਦ ਤੇ ਪਰ ਮੈਨੂੰ ਰਾਹ ਨਹੀਂ ਪਤਾ। ਮੈਨੂੰ ਯਾਦ ਹੈ ਇਹੀ ਸੀ ਉਹ ਰਸਤਾ। ਜਾਵਾਂ ਕਿ ਨਾ ਜਾਵਾਂ? ਨਹੀਂ ਵੀਰੇ ਮੈਂ ਨਹੀਂ। ਚੱਲ 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 ਚੱਲ। ਉੱਥੇ ਇੱਕ ਭੱਠੀ ਵਾਲੀ ਮਾਤਾ ਬੈਠੀ ਸੀ ਜਿਹਦੇ ਕੋਲ ਸਾਡੇ ਮਾਮਾ ਜੀ ਸਾਨੂੰ ਦਾਣੇ ਖਵਾਉਣ ਲੈ ਕੇ ਜਾਂਦੇ ਸੀ। ਮੈਂ ਸੋਚਿਆ ਉਹ ਮਾਤਾ ਸਾਡੇ ਮਾਮਾ ਜੀ ਨੂੰ ਜਾਣਦੀ ਹੋਵੇਗੀ ਤੇ ਸਾਨੂੰ ਖੇਤ ਦਾ ਰਾਹ ਵੀ ਸਮਝਾ ਦੇਗੀ। ਮਾਤਾ ਜੀ ਤੁਸੀਂ ਸਾਡੇ ਮਾਮਾ ਜੀ ਨੂੰ ਜਾਣਦੇ, ਉਹ ਇੱਥੇ ਦਾਣੇ ਖਾਣ ਆਉਂਦੇ ਸੀ। ਇੱਥੇ ਤਾਂ ਕਿਸੇ ਨਾ ਕਿਸੇ ਦਾ ਮਾਮਾ ਆਉਂਦਾ ਹੀ ਰਹਿੰਦਾ, ਹੁਣ ਮੈਂ ਕਿਹਨੂੰ ਪੁੱਛਾਂ? ਮਾਮਾ ਕੌਣ ਤੇ ਭਾਣਜਾ ਕੌਣ? ਜੇ ਕੁਛ ਲੈਣਾ ਦੱਸੋ, ਨਹੀਂ ਤਾਂ ਨੱਠੋ ਇੱਥੋਂ। ਇੰਨਾ ਗੁੱਸਾ ਕਿਉਂ ਹੁੰਦੀ ਹੈ ਮਾਤਾ? ਅਸਤੇ ਤੇ ਬਸ ਇੰਨਾ ਹੀ ਪੁੱਛੋ, ਤੂੰ ਸਾਨੂੰ ਜਾਣਦੀ ਹੈ? ਤੇਰੇ ਮਨ ਚ ਇੰਨਾ ਗੁੱਸਾ ਚੰਗਾ ਨਹੀਂ। ਓਏ ਲੜਕੇ ਤਾਂ ਮੈਂ ਆਪਣੇ ਬੱਚਿਆਂ ਦੇ ਮਾਮੇ ਨਾਲ ਆਈ ਸੀ, ਪਰ ਗੁੱਸਾ ਤੁਹਾਡੇ ਤੇ ਕੱਢਤਾ। ਆ ਲਓ ਤੁਹਾਡੇ ਲਈ, ਮਿਲ ਕੇ ਖਾ ਲਿਓ। ਪਰ ਮੈਂ ਤੁਹਾਨੂੰ ਚੰਗਾ ਨਹੀਂ ਬੋਲਿਆ, ਮਾਫੀ ਲੈ। ਮਾਤਾ ਤੁਸੀਂ ਸੰਚਰੀ ਦਿੱਤੀ, ਅਸੀਂ ਤੈਨੂੰ ਮਾਫੀ ਦਿੱਤੀ। ਮੈਂ ਤੈਨੂੰ ਕਿਹਾ ਸੀ ਨਾ ਧਿਆਨ ਨਾਲ ਚੱਲ, ਅੱਗੇ ਚਿੱਕੜ ਹੈ, ਪਰ ਤੂੰ ਦੇਖ ਸਾਰੇ ਪੈਰ ਗੰਦੇ ਕਰ ਲਏ। ਤੈਨੂੰ ਚਿੜਕੇ ਦਾ ਮੈਂ ਬਾਪੂ ਨੂੰ ਦੱਸ ਦੂੰਗੀ। ਜਾ ਦੱਸ ਦੇ ਫਿਰ ਬਾਂਦਰੀ ਜੀ। ਪਰ ਬਾਪੂ ਲੱਭਣ ਦਾ ਦੇ। ਚਾਟੋ ਮਾਟੋ ਮੈਨੂੰ ਲੱਗਦਾ ਆਪਾਂ ਘੁੰਮ ਗਏ ਹਾਂ, ਪਰ ਆਪਾਂ ਸਹੀ ਰਸਤੇ ਤੇ ਜਾ ਰਹੇ ਹਾਂ। ਹੈ ਵੀਰੇ ਕੀ ਬੋਲ ਜਾਣਾ? ਮੈਨੂੰ ਯਾਦ ਹੈ ਮਾਮਾ ਜੀ ਵੀ ਸਾਨੂੰ ਇਹੀ ਰਾਤ ਤੋਂ ਮੇਲਾ ਦਿਖਾਉਣ ਲੈ ਕੇ ਗਏ ਸੀ, ਪਰ ਮੈਨੂੰ ਪੱਕਾ ਨਹੀਂ ਯਾਦ ਕਿ ਉਹੀ ਰਾਹ ਹੈ। ਵੀਰੇ ਤੇਰੀ ਗੋਲ ਮਟੋਰ ਗੱਲਾਂ ਸੁਣ ਕੇ ਮੈਨੂੰ ਭੁੱਖ ਲੱਗ ਗਈ ਹੈ।
ਭੁੱਖ ਤਾਂ ਮੈਨੂੰ ਵੀ ਬਹੁਤ ਲੱਗੀ। ਚੱਲ ਉਹ ਪੱਥੀ ਵਾਲੀ ਮਾਤਾ ਤੇ ਜਾ ਕੇ ਹੋਰ ਚੀਜ਼ ਲੈ ਕੇ ਆਉਂਦੇ ਹਾਂ। ਵੀਰੇ ਬੇਬੀ ਸਹੀ ਕਹਿੰਦੀ ਹੈ, ਤੂੰ ਕਮਲਾ ਵੀਰੇ ਐਡੀ ਦੂਰ ਪਹੁੰਚੋਂਗ, ਆਪਾਂ ਇਹ ਰੋਟੀ ਨਾ ਖਾ ਲਈਏ। ਜੇ ਆਪਾਂ ਇਹ ਰੋਟੀ ਖਾ ਲਈ ਬਾਪੂ ਨੂੰ ਕੀ ਖਵਾਵਾਂਗੇ? ਵੱਡੀਆਂ ਰੋਟੀਆਂ ਬਚੀਆਂ ਨੇ, ਚੱਲ ਇੱਕ ਇੱਕ ਖਾ ਲੈਂਦੇ ਹਾਂ। ਚੱਲ ਇੱਕ ਇੱਕ ਖਾ ਹੀ ਲੈਂਦੇ ਹਾਂ। ਚੱਲ ਉਹ ਪੇਟ ਥੱਲੇ ਬਹਿ ਕੇ ਖਾਂਦੇ ਹਾਂ। ਰੋਟੀ ਤਾਂ ਬਹੁਤ ਹੀ ਸਵਾਦ ਲੱਗ ਰਹੀ ਵੀਰੇ, ਤੂੰ ਮੇਰੇ ਚੂਰੀ ਬਣਾ ਰਿਹਾ।
रेडियो वाला बाबा पूंड चो उतरिया ते साडे कोल आके सानू पुछन लगा, ओए तुसी किथे जाना? फिर असी दसिया, बाबा जी असी प्रेमी दे न्याणे आ, फिर दे खेत दा राह पुछदे हां। फिर साडे कोल आके सानू पुछन लगा, किते ओ प्रेमी दा नहीं जिहदे भतीजा विआह पिछले हफ्ते ਭੋਰਾ ਪਿੰਡ ਦਾ ਲੰਬਾ ਤਗੜਾ ਕਿਸਾਨ? ਬਾਬਾ ਤਾਂ ਬਾਪੂ ਨੂੰ ਜਾਣਦਾ ਸੀ ਤੇ ਹੁਣ ਉਹ ਸਾਨੂੰ ਬਾਪੂ ਕੋਲ ਲੈ ਕੇ ਜਾ ਰਿਹਾ ਸੀ। ਪ੍ਰੇਮੀ ਦੇ ਨਿਆਣੇ ਤਾਂ ਮੈਂ ਫਿਰ ਇੱਥੇ ਲਿਆ। ਓਏ ਆ ਕੀ, ਬਸ ਇੱਕ ਬੁਰਕੀ? ਬਾਪੂ ਜੀ ਰੋਟੀ, ਬਾਬਾ ਜੀ ਖਾ ਗਏ। ਓਏ ਮੈਂ ਖਾਦੇ? ਬਹੁਤ ਸ਼ਰਾਰਤੀ ਹੁੰਦੇ ਸੀ, ਇਹਨਾਂ ਸ਼ਰਾਰਤਾਂ ਕਰਕੇ ਮੇਰੇ ਕੋਲ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ। ਦਾਦਾ ਜੀ ਹੁਣ ਤੋਂ ਆਪਦੀ ਭੈਣ ਤੁਹਾਨੂੰ ਕਿੱਥੇ ਗਈ? ਉਹ ਟਿੰਡੇ ਭੁੱਲ ਗਏ ਤੁਸੀਂ? ਚਿੱਟੇ ਵਾਲਾਂ ਵਾਲੀ ਬੁੱਢੀ ਮਾਤਾ ਹਰ ਸਾਲ ਸਰਦੀਆਂ ਤੁਹਾਨੂੰ ਮਿਲਣ ਆਉਂਦੀ ਸੀ ਐਡਾ ਵੱਡਾ ਚੋਲਾ ਲੈ ਕੇ। ਅੱਛਾ, ਖਿਡੌਣਿਆਂ ਵਾਲੀ ਭੂਆ? ਹਾਂ, ਖਿਡੌਣਿਆਂ ਵਾਲੀ ਭੂਆ। ਜਦੋਂ ਉਹਦਾ ਪੁੱਤ ਉਹਦੇ ਕਨੇਡਾ ਚਲਾ ਗਿਆ, ਕੁਛ ਸਾਲਾਂ ਬਾਅਦ ਉਹ ਵੀ ਆਪਣੇ ਪੋਤੇ ਪੋਤਿਆਂ ਕੋਲ ਜਾ ਕੇ ਵਸ ਗਈ। ਚਲੋ ਸੌਂ ਜਾ ਹੁਣ। ਦਾਦਾ ਜੀ ਬਸ ਇੱਕ ਕਹਾਣੀ ਹੋ। ਹਾਂਜੀ ਦਾਦਾ ਜੀ। ਗੱਲ ਦੀ ਗੱਲ ਹੈ ਯਾਰ, ਇੱਕ ਦਿਨ ਤੁਸੀਂ ਕਹਿੰਦੇ ਇੱਕ ਕਹਾਣੀ ਸੁਣਾਓ, ਹੁਣ ਕਹਿੰਦੇ ਹੋ ਤੁਸੀਂ ਦੋ ਹੋਰ ਕਹਾਣੀ ਸੁਣਾ ਦਿਓ। ਰੋਂਦੀ ਨਹੀਂ ਮਾਰਨੀ ਤੁਸੀਂ? ਦਾਦਾ ਜੀ ਤੁਸੀਂ ਵੀ ਤਾਂ ਬਚਪਨ ਵਿੱਚ ਬੰਦੇ ਖੇਡਦੇ ਰੋਂਦੀ ਪਿੱਟਦੇ ਹੀ ਸੀ। ਚਲੋ ਸੌਂ ਜਾ ਹੁਣ। ਦਾਦਾ ਜੀ ਇੱਕ ਗੱਲ ਦੱਸੋ, ਜਦੋਂ ਤੁਸੀਂ ਖੇਤ ਵਿੱਚ ਗੁੰਮ ਗਏ ਸੀ ਤੁਸੀਂ ਗੂਗਲ ਮੈਪ ਕਿਉਂ ਨਹੀਂ ਯੂਜ਼ ਕੀਤਾ? ਹਾਂਜੀ ਦਾਦੀ, ਤੁਸੀਂ ਆਪਣੇ ਪਾਪਾ ਨੂੰ ਤਾਂ ਫੋਨ ਵੀ ਕਰ ਸਕਦੇ ਸੀ। ਚਲੋ ਸਮਝ ਆਓ।